ਭੁੱਬਾਂ ਮਾਰ ਮਾਰ ਰੋ ਰਹੀ ਇਹ ਔਰਤ ਇਸ ਵੇਲੇ ਇਹ ਇੰਨੇ ਦੁੱਖ 'ਚ ਹੈ ਕਿ ਇਸ ਕੋਲੋਂ ਦੁੱਖ ਸਹਾਰ ਵੀ ਨਹੀਂ ਹੋ ਰਿਹਾ। ਨੁਕਸਾਨੀ ਗਈ ਘਰ ਦੀ ਛੱਤ, ਸੜਕੇ ਸੁਆਹ ਹੋ ਚੁੱਕਾ ਘਰ ਦਾ ਸਾਰਾ ਸਮਾਨ, ਸਾਰਾ ਦ੍ਰਿਸ਼ ਦੇਖ ਦੇਖ ਇਸ ਦੇ ਦਿਲ ਨੂੰ ਹੌਲ ਪੈ ਰਹੇ ਨੇ, ਜਿਸ ਕਰਕੇ ਇਸ ਦਾ ਦਰਦ ਹੰਝੂਆਂ ਤੇ ਹੌਕਿਆਂ ਰਾਹੀਂ ਬਿਆਨ ਹੋ ਰਿਹਾ ਹੈ। ਕੁਦਰਤ ਨੇ ਜਿਵੇਂ ਇਸ ਤੋਂ ਕਿਸੇ ਪਿਛਲੇ ਜਨਮ ਦਾ ਬਦਲਾ ਲਿਆ ਹੋਵੇ, ਇਸ ਨਾਲ ਜੋ ਖੌਫਨਾਕ ਭਾਣਾ ਵਾਪਰਿਆ ਹੈ ਉਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਲੀਚਪੁਰ ਦਾ, ਜਿੱਥੇ ਦੀ ਰਹਿਣ ਵਾਲੀ ਗਰੀਬ ਔਰਤ ਪਰਮਜੀਤ ਕੌਰ ਦੀ ਧੀ ਦਾ ਕੁਝ ਦਿਨਾਂ ਤੱਕ ਵਿਆਹ ਹੈ। ਇਸ ਗਰੀਬਣੀ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਲਈ ਦਾਜ ਜੋੜਿਆ ਸੀ, ਪਰ ਬੀਤੀ ਰਾਤ ਇਸ ਨਾਲ ਕੁਦਰਤ ਉਹ ਭਿਆਨਕ ਕੌਤਕ ਕਰ ਗਈ ਜਿਸ ਨੂੰ ਸੁਣ ਕੇ ਤੁਹਾਡੇ ਪੈਰੋਂ ਹੇਠ ਵੀ ਜ਼ਮੀਨ ਖਿਸਕ ਜਾਏਗੀ। ਰਾਤ ਲਗਭਗ 8:30 ਦੇ ਕਰੀਬ ਘਟਨਾ ਬੀਤੀ। ਹਾਂਜੀ, ਮੈਂ ਆਪਣੇ ਘਰ ਬੈਠੇ ਦੇ 2 ਮਿੰਟ ਲਈ ਬਾਹਰ ਗਈ। ਮੇਰੇ ਕੋਲ 1 ਲੱਖ ਰੁਪਇਆ ਲੋਨ ਚੁੱਕ ਕੇ ਮੇਰੀ ਕੁੜੀ ਦਾ ਵਿਆਹ ਹੈ ਅਗਲੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ। ਮੈਂ 1 ਲੱਖ ਰੁਪਏ ਦਾ ਲੋਨ ਚੁੱਕ ਕੇ ਆਪਣੇ ਕੁੜੀ ਦਾ ਸਮਾਨ ਬਣਾ ਗਈ। ਸਾਰਾ ਦੇਸ਼ ਦਾਜ ਜਿਹੜਾ ਹੀ ਮੇਰਾ ਸਾਰਾ ਰਾਤੀ ਬਿਜਲੀ ਪੈਣ ਕਰਕੇ ਸੜ ਗਿਆ। ਕਿੰਨੇ ਵਜੇ ਬਿਜਲੀ ਪਈ ਹੈ ਤੇ ਘਰ 'ਚ ਕੌਣ ਕੌਣ ਹੈ? ਤੂੰ ਘਰ ਜਿਸਲੇ ਕੋਈ ਨਹੀਂ, ਮੇਰੀ ਛੋਟੀ ਬੇਟੀ ਗੇਟ 'ਚ ਖੜੀ ਆਪਣੇ ਚਾਚੇ ਘਰ। ਕਿਸ ਤਰ੍ਹਾਂ ਫਿਰ ਅੱਗ ਬੁਝਾਈ? ਮੈਨੂੰ ਨਹੀਂ ਪਤਾ, ਮੇਰੇ ਪਿੰਡ ਦੇ ਭੈਣ ਭਰਾਵਾਂ ਨੇ ਆਣ ਕੇ ਦੇਖ ਕੇ ਅੱਗ ਬੁਝਾਈ ਮੇਰੇ ਘਰ ਦੀ। ਮੈਨੂੰ ਕੁਛ ਨਹੀਂ ਇਸ ਤੋਂ ਬਾਅਦ ਪਤਾ, ਪਰ ਬਿਜਲੀ ਇਸ ਬਿਆਨ ਦੇ ਕਾਰਨ ਮੇਰਾ ਬਹੁਤ ਨੁਕਸਾਨ ਹੋਇਆ ਗਰੀਬਣੀ ਦਾ। ਘਰ 'ਚ ਕੌਣ ਕੌਣ ਸੀ ਤੁਹਾਡੇ ਪਰਿਵਾਰ 'ਚ? ਮੇਰੀਆਂ 2 ਬੇਟੀਆਂ, 1 ਮੈਂ। ਮੇਰੇ ਹਸਬੈਂਡ ਬਾਹਰ ਕੰਮ ਕਰਦੇ, ਮੇਰਾ ਬੇਟਾ ਵੀ ਬਾਹਰ ਕੰਮ ਕਰਦਾ। ਕਾਹਦਾ ਕੰਮ ਕਰਦੇ ਹੋ? ਮੇਰਾ ਬੇਟਾ ਦਾ ਕੰਮ ਕਾਰ ਦਾ, ਸੀਟ ਕਵਰਾਂ ਦਾ ਕੰਮ ਸਿੱਖਦਾ। ਘਰ ਵਾਲਾ ਮੇਰਾ ਮਜ਼ਦੂਰੀ ਕਰਨ ਗਿਆ ਸ਼੍ਰੀਨਗਰ। ਕੀ ਮੰਗ ਕਰਦੀ ਸਰਕਾਰ? ਸਰਕਾਰ ਤੋਂ ਮੈਂ ਇਹੀ ਮੰਗ ਕਰਨੀ ਕਿ ਮੇਰੀ ਫਰਿਆਦ ਜਲਦ ਤੋਂ ਜਲਦ ਸੁਣੀ ਜਾਏ। ਮੈਂ ਗਰੀਬਣੀ ਨੇ ਆਪਣੀ ਧੀ ਦਾ ਵਿਆਹ ਦਿੱਤਾ ਦਾ, ਨਵੰਬਰ ਦੀ ਪਹਿਲੇ ਹਫ਼ਤੇ ਮੇਰੀ ਕੁੜੀ ਦਾ ਵਿਆਹ ਹੈ। ਮੇਰੇ ਬਹੁਤ ਨੁਕਸਾਨ ਹੋ ਗਿਆ, ਮੈਂ 1 ਲੱਖ ਰੁਪਇਆ ਕਰਜ਼ਾ ਚੁੱਕੇ ਦਾ। ਕਿੰਨਾ ਨੁਕਸਾਨ ਹੋਇਆ ਟੋਟਲ ਘਰ ਦਾ? ਫਰਿੱਜ, ਕੂਲਰੀ, ਅਲਮਾਰੀ, ਕੱਪੜਾ ਲੀੜਾਈ, ਹੋਰ ਸਮਾਨ ਨਿੱਕਾ ਮੋਟਾ, ਮੇਰਾ ਸਾਰਾ ਦਿਆਜ ਦਾ ਸਮਾਨ ਹੀ। ਪਤਾ ਲੱਗਾ ਕੁੜੀ ਦੇ ਵਾਸਤੇ ਕਰਵਾ ਚੌਥ ਦਾ ਜਿਹੜਾ ਸਮਾਨ? ਹਾਂਜੀ, ਉਹ ਵੀ ਸਾਰਾ ਸੜ ਗਿਆ, ਮੇਰਾ ਆਪਣਾ ਵੀ ਸੜ ਗਿਆ, ਮੇਰੀ ਧੀ ਦਾ ਜਿੰਨਾ ਸਗਨਾਂ ਦਾ ਸਮਾਨ ਹੀ ਸਾਰਾ ਸੜ ਕੇ ਸੁਆਹ ਹੋ ਗਿਆ। ਮੇਰਾ ਦਾਣੇ ਪੱਕਾ ਸਭ ਕੁਛ ਮਿੱਟੀ ਹੋ ਗਿਆ। ਇਹ ਰਾਤੀ ਕੁਛ 8:30 ਦੀ ਗੱਲ ਹੈ ਜੀ, ਅਤੇ ਬਿਜਲੀ ਪਈ ਆ ਬਹੁਤ ਜ਼ਿਆਦਾ ਝਟਕਿਆ, ਮਤਲਬ ਵੱਜਾ ਜਦੋਂ ਅਤੇ ਖੜਾਕ ਹੋਇਆ ਅਤੇ ਬਾਹਰ ਨਿਕਲ ਕੇ ਦੇਖਿਆ ਅਤੇ ਇਸ ਘਰ ਵਿੱਚੋਂ ਨਾ ਅੱਗ ਮਤਲਬ ਨਿਕਲਣੀ ਸ਼ੁਰੂ ਹੋਈ। ਅੱਗ ਦੀਆਂ ਲਪਟਾਂ ਕੋਈ 20-20 ਫੁੱਟ ਤਾਂ ਸੀ ਅਤੇ ਇਹਨਾਂ ਦੇ ਘਰ ਵਿੱਚ ਨਵੰਬਰ ਮਹੀਨੇ ਵਿਆਹ ਹੈ ਜੀ, ਅਤੇ ਅੱਗ ਲੱਗੀ ਆ ਅਤੇ ਸਾਰੇ ਦੌੜ ਕੇ ਆਏ ਆ ਅਤੇ ਬੜੇ ਮਤਲਬ ਜ਼ੋਰ ਨਾਲ ਜਿਹੜੀ ਅੱਗ ਬੁਝਾਈ ਆ, ਪਾਣੀ ਸੁੱਟ ਸੁੱਟ ਕੇ ਜੀ, ਅਤੇ ਘਰ ਦਾ ਜਿਹੜਾ ਜਿੰਨਾ ਵੀ ਸਮਾਨ ਹੈਗਾ ਜੀ ਅੱਗ ਮਤਲਬ ਕਿ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ। ਇਹ ਬਿਜਲੀ ਪਈ ਆ ਜੀ, ਬਿਜਲੀ ਘਰ 'ਚ ਸਮਾਨ ਤਾਂ ਕੋਈ ਬਚਿਆ ਨਹੀਂ ਜੀ, ਜਦੋਂ ਤੱਕ ਲੋਕ ਸਾਰੇ ਇਕੱਠੇ ਹੋਏ ਆ ਅਤੇ ਉਦੋਂ ਤੱਕ ਤਾਂ ਅੱਗ ਜਿਹੜੀ ਮਤਲਬ ਕਾਫੀ ਰੂਪ ਧਾਰਨ ਕਰ ਗਈ ਸੀ ਆਪਣਾ ਵਿਕਰਾਲ ਰੂਪ ਜੀ। ਕੀ ਘਰ ਦੇ ਸਮਾਨ? ਇਹਨਾਂ ਦੇ ਘਰ ਦੇ ਵਿਆਹ ਦੀ ਤਿਆਰੀ ਚੱਲਦੀ ਪਈ ਸੀ ਜੀ, ਅਤੇ ਸਮਾਨ ਜਿੰਨਾ ਕੁ ਹੈਗਾ ਸਾਰੀ ਅੱਗ ਲੱਗ ਕੇ ਅਤੇ ਸੁਆਹ ਹੋ ਗਿਆ ਜੀ। ਤਕਰੀਬਨ ਇਹਨਾਂ ਨੇ ਜੀ 1 ਲੱਖ ਰੁਪਏ ਦਾ ਲੋਨ ਲਿਆ ਅਤੇ ਬਾਕੀ ਇਹਨਾਂ ਨੇ ਜੋ ਵੀ ਜੋੜ ਜੱਤਾ ਕੀਤਾ ਹੋਇਆ ਸੀ, ਕੋਈ ਮੇਰੇ ਖਿਆਲ ਕਿ 3 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਾ ਜੀ। ਕੋਈ ਨਗਦ ਪੈਸੇ ਦਾ ਤਾਂ ਮੈਨੂੰ ਪਤਾ ਨਹੀਂ ਜੀ, ਪਰ ਜੋ ਇਹਨਾਂ ਦਾ ਸਮਾਨ ਹੈ ਮਤਲਬ ਮੈਕਸੀਮਮ ਇੰਨੇ ਕੁ ਦਾ ਨੁਕਸਾਨ ਹੋਏਗਾ, ਬਾਕੀ ਇਹਨਾਂ ਨੇ ਕੋਈ ਗਹਿਣੇ ਬਣਾ ਕੇ ਲਿਆਂਦੇ ਕੋਈ 2-4 ਦਿਨ ਪਹਿਲਾਂ ਹੀ, ਪ੍ਰਸ਼ਾਸਨ ਵਾਲਾ ਤਾਂ ਕੋਈ ਨਹੀਂ ਆਇਆ ਜੀ। ਅਤੇ ਸਰਕਾਰ ਅੱਗੇ ਅਤੇ ਆਪਣੀ ਹੋਰ ਵੀ ਜਿਹੜੀਆਂ ਸੰਸਥਾਵਾਂ ਸੋਸ਼ਲ ਸੰਸਥਾਵਾਂ ਉਹਨਾਂ ਕੋਲ ਇਹੋ ਹੀ ਮੰਗ ਕਰਨਾ ਕਿ ਇਹ ਗਰੀਬ ਪਰਿਵਾਰ ਹੈ ਅਤੇ ਇਹਨਾਂ ਦੀ ਵਾਂਹ ਫੜੀ ਜਾਏ ਤਾਂ ਜੋ ਇਹਨਾਂ ਦਾ ਘਰ ਜਿਹੜਾ ਇਹਨੂੰ ਮੇਨਟੇਨ ਕੀਤਾ ਜਾਵੇ ਅਤੇ ਲੜਕੀ ਦਾ ਵਿਆਹ ਅਤੇ ਉਹਦਾ ਨਾਲ ਵਿਆਹ ਜਿਹੜਾ ਉਹ ਸਹੀ ਢੰਗ ਨਾਲ ਹੋ ਸਕੇ। ਪਰਮਜੀਤ ਕੌਰ ਨਾਲ ਜੋ ਕੁਝ ਵਾਪਰਿਆ ਉਹ ਬੇਹੱਦ ਭਿਆਨਕ ਅਤੇ ਅਫਸੋਸਯੋਗ ਹੈ। ਹੁਣ ਇਹ ਗਰੀਬਣੀ ਆਪਣੀ ਧੀ ਦੇ ਵਿਆਹ ਵਾਸਤੇ ਇਮਦਾਦ ਦੀ ਗੁਹਾਰ ਲਾਉਣ ਨੂੰ ਮਜਬੂਰ ਹੈ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।